ਹਾਂਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਆਪਣੇ ਇਸ YouTube ਚੈਨਲ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜਮਾਤ 10 ਵਿਸ਼ਾ ਸਮਾਜਿਕ ਸਿੱਖਿਆ ਦੀ ਜੋ ਤੁਹਾਡੇ ਕੋਲ ਇੱਕ ਵਰਕਬੁੱਕ ਹੈ ਉਸ ਦੇ ਵਿੱਚ ਆਪਾਂ ਪਾਠ ਨੰਬਰ 11 ਕੇਂਦਰੀ ਸਰਕਾਰ ਜਿਹੜਾ ਕਿ ਸਾਡਾ ਨਾਗਰਿਕ ਸ਼ਾਸਤਰ ਦਾ ਪਾਠ ਹੈਗਾ ਇਸ ਨੂੰ ਆਪਾਂ ਤੁਹਾਡੇ ਲਈ ਹੱਲ ਕਰਾਂਗੇ ਤੁਸੀਂ ਵੀ ਸਾਫ਼-ਸਾਫ਼ ਲਿਖਾਈ ਦੇ ਵਿੱਚ ਆਪਣੀ ਵਰਕਬੁੱਕ ਦੇ ਉੱਤੇ ਨੋਟੇ ਨੂੰ ਕਰ ਲੈਣਾ ਹੈ ਸਭ ਤੋਂ ਪਹਿਲਾਂ ਦੇਖੋ ਆਪਾਂ ਸਹੀ ਗਲਤ ਕਰਦੇ ਹਾਂਗੇ ਨੰਬਰ 1 ਲੋਕ ਸਭਾ ਦਾ ਪ੍ਰਧਾਨ ਸਪੀਕਰ ਅਖਵਾਉਂਦਾ ਹੈ ਹਾਂਜੀ ਇਹ ਸਹੀ ਹੈ ਵੀ ਲੋਕ ਸਭਾ ਦਾ ਪ੍ਰਧਾਨ ਸਪੀਕਰ ਹੁੰਦਾਗਾ ਠੀਕ ਹੈ ਜਿੰਨੀਆਂ ਵੀ ਲੋਕ ਸਭਾ ਦੇ ਵਿੱਚ ਬੈਠਕਾਂ ਹੁੰਦੀਆਂ ਨੇ ਉਹਨਾਂ ਦੀ ਪ੍ਰਧਾਨਗੀ ਸਪੀਕਰ ਕਰਦਾਗਾ ਕਈ ਵਾਰ ਸਪੀਕਰ ਨਹੀਂ ਹੁੰਦਾ ਫਿਰ ਉਹਦੀ ਜ਼ਿੰਮੇਵਾਰੀ ਡਿਪਟੀ ਸਪੀਕਰ ਨਵਾ ਹੁੰਦਾਗਾ ਠੀਕ ਹੈ ਸਪੀਕਰ ਤੇ ਡਿਪਟੀ ਸਪੀਕਰ ਦੀ ਚੋਣ ਲੋਕ ਸਭਾ ਦੇ ਮੈਂਬਰ ਆਪਣੇ ਵਿੱਚੋਂ ਹੀ ਕਰ ਲੈਂਦੇ ਹੈਗੇ ਅੰਨੇ ਨੰਬਰ 2 ਧਨ ਬਿੱਲ ਸਿਰਫ ਲੋਕ ਸਭਾ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਹਾਂਜੀ ਇਹ ਵੀ ਸਹੀ ਹੈ ਨੰਬਰ 3 ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਪ੍ਰਧਾਨ ਮੰਤਰੀ ਕਰਦਾਗਾ ਨਹੀਂ ਕਿ ਜੱਜਾਂ ਦੀ ਨਿਯੁਕਤੀ ਕੌਣ ਕਰਦਾ ਹੈ ਰਾਸ਼ਟਰਪਤੀ ਰਾਸ਼ਟਰਪਤੀ ਭਾਰਤੀ ਸੈਨਾ ਦਾ ਸੁਪਰੀਮ ਕਮਾਂਡਰ ਹੁੰਦਾ ਹੈ ਹਾਂਜੀ ਇਹ ਸਹੀ ਹੈ ਵੀ ਲੋਕ ਸਭਾ ਸੰਸਦ ਦੇ ਉੱਪਰਲੇ ਸਦਨ ਨੂੰ ਕੀ ਨਾਂ ਲਗਨ ਨਹੀਂ ਠੀਕ ਹੈ ਸੰਸਦ ਦਾ ਉੱਪਰਲਾ ਸਦਨ ਰਾਜ ਸਭਾ ਹੈ ਠੀਕ ਇਹ ਨੋਟ ਕਰ ਲਿਓ ਤੁਸੀਂ ਹਾਂਜੀ ਇਸ ਤੋਂ ਬਾਅਦ ਵੀ ਕੁਇਸਟ ਟਾਈਮ ਬਹੁ ਵਿਕਲਪੀ ਪ੍ਰੇਪਰੇਸ਼ਨ ਨੰਬਰ 1 ਸੰਸਦ ਦਾ ਉੱਪਰਲਾ ਸਦਨ ਕਿਹੜਾ ਹੈ ਹਾਂਜੀ ਦੱਸੋ ਵੀ ਹੁਣੇ ਦੱਸੇ ਤੁਹਾਨੂੰ ਹਾਂਜੀ ਰਾਜ ਸਭਾ ਨੰਬਰ 2 ਰਾਜ ਸਭਾ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਹੈ ਹਾਂਜੀ ਰਾਜ ਸਭਾ ਦੇ ਮੈਂਬਰਾਂ ਦੀ ਗਿਣਤੀ 250 ਹੈ ਵੀ ਠੀਕ ਹੈ ਤੇ ਲੋਕ ਸਭਾ ਦੀ ਮੈਂਬਰਾਂ ਦੀ ਗਿਣਤੀ 550 ਠੀਕ ਹੈ ਰਾਜ ਸਭਾ ਦੇ ਮੈਂਬਰਾਂ ਦੀ ਗਿਣਤੀ 250 ਸਜ਼ਾ ਅਪਰਾਪਤੀ ਅਪਰਾਧੀ ਦੀ ਸਜ਼ਾ ਕੌਣ ਮਾਫ ਕਰ ਸਕਦਾ ਹੈ ਹਾਂਜੀ ਰਾਸ਼ਟਰਪਤੀ ਰਾਸ਼ਟਰਪਤੀ ਕੋਲ ਇਹ ਅਧਿਕਾਰ ਹੁੰਦਾ ਹੈ ਵੀ ਕਿਸੇ ਵਿਅਕਤੀ ਦੀ ਸਜ਼ਾ ਨੂੰ ਮਾਫ ਵੀ ਕਰ ਸਕਦਾ ਹੈਗਾ ਨੰਬਰ 4 ਰਾਜ ਸਭਾ ਵਿੱਚ ਰਾਸ਼ਟਰਪਤੀ ਕਿੰਨੇ ਮੈਂਬਰ ਨਾਮਜ਼ਦ ਕਰਦਾ ਹੈਗਾ ਹਾਂਜੀ ਰਾਜ ਸਭਾ ਦੇ ਵਿੱਚ ਕਰਦਾ ਹੈਗਾ ਵੀ 12 ਠੀਕ ਹੈ 12 ਜਿਹੜੇ ਵੱਖ-ਵੱਖ ਵਿਭਾਗਾਂ ਦੇ ਵਿੱਚ ਮਾਹਿਰ ਹੁੰਦੇ ਹੈਗੇ ਤੇ ਲੋਕ ਸਭਾ ਦੇ ਵਿੱਚ ਕਰਦਾ ਦੋ ਮੈਂਬਰ ਐਂਗਲੋ ਇੰਡੀਅਨ ਮੈਂਬਰ ਠੀਕ ਹੈ ਇਹ ਵੀ ਚੇਤੇ ਰੱਖਿਓ ਨੰਬਰ 5 ਲੋਕ ਸਭਾ ਵਿੱਚ ਸਭ ਤੋਂ ਵੱਧ ਮੈਂਬਰ ਕਿਸ ਰਾਜ ਤੋਂ ਹਨ ਹਾਂਜੀ ਉੱਤਰ ਪ੍ਰਦੇਸ਼ ਦੇ ਵਿੱਚ ਹੁੰਦੇ ਵੀ ਕਿਉਂਕਿ ਉੱਤਰ ਪ੍ਰਦੇਸ਼ ਦੀ ਆਬਾਦੀ ਬਹੁਤ ਜ਼ਿਆਦਾ ਹੈ ਕਿ ਲਗਭਗ 20 ਕਰੋੜ ਆਬਾਦੀ ਸੀ 2011 ਦੀ ਜਨਗਣਨਾ ਅਨੁਸਾਰ ਠੀਕ ਹੈ ਤਾਂ ਉੱਥੋਂ ਦੇ ਸਭ ਤੋਂ ਵੱਧ ਮੈਂਬਰ ਹੁੰਦੇ ਹੈ ਅਇਸ ਤਵਾਂ ਨਹੀਂ ਖਾਲੀ ਥਾਂ ਮ ਖਾਲਿਸ탄ਪੁਰੋਂ ਨੰਬਰ 1 ਭਾਰਤੀ ਸੰਸਦ ਦੇ ਹੇਠਲੇ ਸਦਨ ਨੂੰ ਡੈਸ਼ ਕਿਹਾ ਜਾਂਦਾਗਾ ਹਾਂਜੀ ਕੀ ਕਿਹਾ ਜਾਂਦਾ ਵੀ ਹਾਂਜੀ ਲੋਕ ਸਭਾ ਠੀਕ ਨੰਬਰ 2 ਸੁਪਰੀਮ ਕੋਰਟ ਦਾ ਜੱਜ ਡੈਸ਼ ਸਾਲ ਦੀ ਉਮਰ ਤੱਕ ਆਪਣੇ ਅਹੁਦੇ ਤੇ ਰਹਿ ਸਕਦਾਗਾ ਹਾਂਜੀ 65 ਸਾਲ ਦੀ ਉਮਰ ਤੱਕ ਹਾਈ ਕੋਰਟ ਦੇ 62 ਸਾਲ ਤੱਕ ਸੁਪਰੀਮ ਕੋਰਟ ਦੇ 65 ਸਾਲ ਤੱਕ ਰਾਸ਼ਟਰਪਤੀ ਸਰਵਉੱਚ ਅਦਾਲਤ ਦੇ ਡੈਸ਼ ਦੀ ਨਿਯੁਕਤੀ ਕਰਦਾ ਹੈ ਜੱਜਾਂ ਦੀ ਨੰਬਰ 4 ਲੋਕ ਸਭਾ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕੌਣ ਕਰਦਾ ਹੈ ਹਾਂਜੀ ਕੌਣ ਕਰਦਾ ਸੀ ਅੱਪਰ ਗੱਲ ਕਰਕੇ ਸੀ ਸਪੀਕਰ ਨੰਬਰ 5 ਭਾਰਤ ਦੀਆਂ ਹਥਿਆਰਬੰਦ ਸਨਾਮਾ ਦਾ ਪ੍ਰਧਾਨ ਡੈਸ਼ ਹੁੰਦਾ ਹੈ ਹਾਂਜੀ ਕੌਣ ਹੁੰਦਾ ਵੀ ਰਾਸ਼ਟਰਪਤੀ ਰਾਸ਼ਟਰਪਤੀ ਨੰਬਰ 6 ਪੰਜਾਬ ਰਾਜ ਤੋਂ ਲੋਕ ਸਭਾ ਵਿੱਚ ਡੈਸ਼ ਮੈਂਬਰ ਜਾਂਦੇ ਗਏ ਹਾਂਜੀ ਲੋਕ ਸਭਾ ਲਈ ਜਾਂਦੇ ਨੇ ਵੀ 13 ਠੀਕ ਹੈ ਤੇ ਰਾਜ ਸਭਾ ਲਈ ਜਾਂਦੇ ਨੇ 7 ਇਹ ਤੁਸੀਂ ਯਾਦ ਰੱਖਣਾਗਾ ਪੰਜਾਬ ਵਿੱਚੋਂ ਲੋਕ ਸਭਾ ਦੇ ਵਿੱਚ 13 ਮੈਂਬਰ ਜਾਂਦੇ ਨੇ ਤੇ ਰਾਜ ਸਭਾ ਦੇ ਵਿੱਚ 7 ਮੈਂਬਰ ਨਹੀਂ ਜਾਂਦੇ ਸਕਰੀਨ ਸ਼ਾਟ ਲੈ ਲਓ ਵੀ ਸਿੱਦਾ ਹਾਂਜੀ ਨੈਕਸਟ ਅਭੀ ਸਹੀ ਮਿਲਾਨ ਕਰੋ ਦੇਸ਼ ਦਾ ਪ੍ਰਧਾਨ ਮੰਤਰੀ ਹਾਂਜੀ ਕੌਣ ਹੁੰਦਾ ਵੀ ਅਸਲੀ ਕਾਰਜਪਾਲਿਕਾ ਸ਼ਕਤੀਆਂ ਰਾਸ਼ਟਰਪਤੀ ਬਣਨ ਦੇ ਲਈ ਘੱਟੋ-ਘੱਟ ਕਿੰਨੀਆਂ ਨੀਂਦ ਚਾਹੀਦੀ ਨੇ 35 ਸਾਲ ਠੀਕ ਹੈ ਸੁਪਰੀਮ ਕੋਰਟ ਦੇ ਜੱਜ ਦੀ ਉਮਰ 65 ਸਾਲ ਮੋਡਲਾ ਅਧਿਕਾਰ ਖੇਤਰ ਸਰਵਉੱਚ ਅਦਾਲਤ ਕੋਲ ਹੁੰਦਾਗਾ ਆ ਵਿਸ਼ਵਾਸ ਪ੍ਰਸਤਾਵ ਮੰਤਰੀ ਮੰਡਲ ਦਾ ਅਸਥੀਫਾ ਠੀਕ ਹੈ ਇਸ ਤਰੀਕੇ ਨਾਲ ਤੁਹਾਡੇ ਮਿਲਾਨ ਹੋ ਜਾਣਗੇ ਸਾਫ ਸਾਬ ਤੁਸੀਂ ਇਹਨਾਂ ਨੂੰ ਵੀ ਆਪਣੀ ਵਰਕਬੁੱਕ ਤੇ ਨੋਟ ਕਰ ਲੈਣਾ। ਇਸ ਤੋਂ ਬਾਅਦ ਇਹ ਕਿ ਰਾਸ਼ਟਰਪਤੀ ਦੀਆਂ ਕਿੰਨੇ ਪ੍ਰਕਾਰ ਦੀਆਂ ਸੰਕਟ ਕਾਲੀਨ ਸ਼ਕਤੀਆਂ ਹਨ? ਜੀ ਦੇਖੋ ਵੀ ਰਾਸ਼ਟਰਪਤੀ ਦੀਆਂ ਸ਼ਕਤੀਆਂ ਵਿਧਾਨਿਕ ਸ਼ਕਤੀਆਂ, ਵਿੱਤੀ ਸੰਕਟ ਸ਼ਕਤੀਆਂ, ਨਿਆਂਇਕ ਸ਼ਕਤੀਆਂ, ਸੰਕਟ ਕਾਲੀਨ ਸ਼ਕਤੀਆਂ। ਠੀਕ ਹੈ? ਤਾਂ ਆਪਾਂ ਦੇਖਦੇ ਹਾਂ ਇਹ ਦੇਖੋ। ਅ ਦੇਖੋ ਪਹਿਲਾ ਕਬਾਰੀ ਹਮਲੇ ਠੀਕ ਹੈ। ਆਰਥਿਕ ਸੰਕਟ ਹੋ ਗਿਆ। ਇਸ ਤੋਂ ਬਾਅਦ ਇੱਕੋ ਕਹੇ ਵੀ ਰਾਜ ਦਾ ਸੰਵਿਧਾਨਿਕ ਸੰਕਟ। ਇੱਥੇ ਤੁਸੀਂ ਲਿਖੋਗੇ ਰਾਜ ਦਾ ਸੰਵਿਧਾਨਿਕ ਸੰਕਟ ਠੀਕ ਨੈਕਸਟ ਆਪਣੇ ਕੋਲ ਆ ਜਾਏਗਾ ਇੱਥੇ ਰਾਸ਼ਟਰੀ ਸੰਕਟ ਠੀਕ ਹੈ ਰਾਸ਼ਟਰੀ ਸੰਕਟ ਪ੍ਰਧਾਨ ਮੰਤਰੀ ਦੀਆਂ ਸ਼ਕਤੀਆਂ ਸੰਬੰਧੀ ਮਾਈਂਡ ਮੈਪ ਪੂਰਾ ਕਰੋ ਹਾਂਜੀ ਕਿਛਾ ਸਾਨੂੰ ਮਾਈਂਡ ਮੈਪ ਦਿੱਤਾ ਗਿਆ ਪ੍ਰਧਾਨ ਮੰਤਰੀ ਦੀਆਂ ਸ਼ਕਤੀਆਂ ਨਾਲ ਰਿਲੇਟਡ ਇਹਨੂੰ ਆਪਾਂ ਪੂਰਾ ਕਰਨਾਗਾ ਦੇਖੋ ਨੰਬਰ 1 ਤੇ ਹੈ ਡੈਸ਼ ਪਰਿਸ਼ਦ ਦਾ ਨਿਰਮਾਣ ਹਾਂਜੀ ਕਿਹੜੀ ਪਰਿਸ਼ਦ ਦਾ ਵੀ ਮੰਤਰੀ ਪਰਿਸ਼ਦ ਦਾ ਠੀਕ ਡੈਸ਼ ਦਾ ਮੁਖੀ ਕੀ ਦਾ ਮੁਖੀ ਹੁੰਦਾਗਾ ਸਰਕਾਰ ਦਾ ਕਾਰਜਕਾਰੀ ਮੁਖੀ ਹੁੰਦਾ ਸਰਕਾਰ ਦਾ ਡੈਸ਼ ਦੀ ਵੰਡ ਮੰਤਰੀਆਂ ਦੇ ਵਿੱਚ ਕਿਹਦੀ ਵੰਡ ਕਰਦਾਗਾ ਵਿਭਾਗਾਂ ਦੀ ਠੀਕ ਹੈ ਇਹ ਨੋਟ ਕਰੋ ਇੱਕ ਵਾਰ ਤਿੰਨ ਹਾਂਜੀ ਨੈਕਸਟ ਹੈ ਵੀ ਸਦਨ ਦਾ ਨੇਤਾ ਹੁੰਦਾਗਾ ਪੁਨਰਗਠਨ ਕਰ ਸਕਦਾਗਾ ਵਿਭਾਗਾਂ ਦਾ ਦੁਬਾਰਾ ਫਿਰ ਰਾਸ਼ਟਰਪਤੀ ਦੇ ਮੰਤਰੀ ਮੰਡਲ ਵਿੱਚਕਾਰ ਕਾੜੀ ਹੁੰਦਾਗਾ ਤੇ ਮੰਤਰੀ ਮੰਡਲ ਦਾ ਉਹ ਅਸਲ ਦੇ ਵਿੱਚ ਮੁਖੀ ਹੁੰਦਾਗਾ ਠੀਕ ਹੈ ਨੈਕਸਟ ਆਪਾਂ ਗੱਲ ਕਰੀਏ ਇਸ ਤੋਂ ਬਾਅਦ ਸਾਡੇ ਕੋਲ ਹੈ ਭਾਰਤ ਵਿੱਚ ਰਾਸ਼ਟਰਪਤੀ ਦੇ ਅਧਿਕਾਰਾਂ ਦੀ ਵਿਆਖਿਆ ਸੰਬੰਧੀ ਮਾਈਂਡ ਮੈਪ ਪੂਰਾ ਕਰੋ ਹਾਂਜੀ ਹੁਣ ਸਾਨੂੰ ਰਾਸ਼ਟਰਪਤੀ ਦੇ ਅਧਿਕਾਰ ਨੇ ਦੇਖੋ ਵੀ ਵਿੱਤੀ ਅਧਿਕਾਰ ਕਾਰਜਕਾਰੀ ਅਧਿਕਾਰ ਵਿਧਾਨਿਕ ਅਧਿਕਾਰ ਹੁਣ ਇਹ ਸੀ ਫਿਲ ਕਰਨੇਗੇ ਨੀਚੇ ਠੀਕ ਹੈ ਪਹਿਲੇ ਦੇ ਵਿੱਚ ਤੁਸੀਂ ਫਿਲ ਕਰੋ ਵੀ ਨਿਆਂਇਕ ਅਧਿਕਾਰ ਨਿਆਂਇਕ ਅਧਿਕਾਰ ਇਹਦੇ ਜਿਹੜਾ ਬਿਲਕੁਲ ਸਾਹਮਣੇ ਹੈਗਾ ਇਹਦੇ ਵਿੱਚ ਤੁਸੀਂ ਪਰੋ ਬਜਟ ਨੂੰ ਪ੍ਰਵਾਨਗੀ ਬਜਟ ਨੂੰ ਪ੍ਰਵਾਨਗੀ ਨੈਕਸਟ ਲੈ 3 ਦੇ ਵਿੱਚ ਤੁਸੀਂ ਭਰੋ ਸੰਕਟ ਕਾਲੀਨ ਅਧਿਕਾਰ ਅਧਿਕਾਰ ਨਾਮ ਹੈ ਲਿਖਾਂਗੇ ਤੁਸੀਂ ਲਿਖ ਲਿਓ ਆਪਣੇ ਆਪ ਇੱਥੇ ਨੀਚੇ ਲਿਖ ਲਿਓ ਸੰਕਟ ਕਾਲੀਨ ਅਧਿਕਾਰ ਇਸ ਤੋਂ ਬਾਅਦ ਵੀ ਵਿੱਤ ਸੰਕਟਕਾਲ ਦੀ ਘੋਸ਼ਣਾ ਇੱਥੇ ਤੁਸੀਂ ਲਿਖੋਗੇ ਵਿੱਤ ਸੰਕਟਕਾਲ ਦੀ ਘੋਸ਼ਣਾ ਦੇ ਘੋਸ਼ਣਾ ਨੈਕਸਟ ਲਾਸਟ ਵਾਲੇ ਦੇ ਵਿੱਚ ਤੁਸੀਂ ਲਿਖੋਗੇ ਅਧਿਆਦੇਸ਼ ਜਾਰੀ ਕਰਨ ਦਾ ਅਧਿਕਾਰ ਅਧਿਆਦੇਸ਼ ਜਾਰੀ ਕਰਨ ਦਾ ਅਧਿਕਾਰ ਠੀਕ ਇਹ ਰਾਸ਼ਟਰਪਤੀ ਦੇ ਅਧਿਕਾਰ ਸੀ ਇਸ ਤੋਂ ਬਾਅਦ ਆ ਗਿਆ ਵੀ ਆਪਣੇ ਕੋਲ ਭਾਰਤ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਅਤੇ ਉਸ ਦੀਆਂ ਸ਼ਕਤੀਆਂ ਸੰਬੰਧੀ ਮਾਈਂਡ ਮੈਪ ਠੀਕ ਹੈ ਹੁਣ ਸੁਪਰੀਮ ਕੋਰਟ ਨਾਲ ਰਿਲੇਟਡ ਹੈਗਾ ਜਿਵੇਂ ਦੇਖੋ ਇਹਦੇ ਵਿੱਚ ਪਹਿਲਾ ਹੈ ਸਰਵਉੱਚ ਅਦਾਲਤ ਸੁਪਰੀਮ ਕੋਰਟ ਮੋਡਲ ਅਧਿਕਾਰ ਖੇਤਰ ਮੁੱਖ ਜੱਜ ਅਤੇ ਹੋਰ 25 ਜੱਜ ਉਮਰ 65 ਸਾਲ ਦੀ ਠੀਕ ਹੈ ਉਨਾ ਪਈ ਫਿਲ ਕਰਨੇਗੇ ਇਹਦੇ ਵਿੱਚ ਤੁਸੀਂ ਪਰ ਉਹ ਪਹਿਲੇ ਦੇ ਵਿੱਚ ਵੀ ਸਲਾਹਕਾਰੀ ਸ਼ਕਤੀਆਂ ਸਲਾਹਕਾਰੀ ਸ਼ਕਤੀਆਂ ਇਹ ਤੁਸੀਂ ਆਪਣੇ ਆਪ ਲਿਖ ਲਿਓ ਸ਼ਕਤੀਆਂ ਮੈਂ ਕਹਿੰਦਾ ਸਲਾਹਕਾਰੀ ਲਿਖੇਗਾ ਇਸ ਤੋਂ ਬਾਅਦ ਤੁਸੀਂ ਲਿਖੋਗੇ ਅਪੀਲੀ ਅਧਿਕਾਰ ਇਸ ਸਾਈਡ ਤੇ ਤੁਸੀਂ ਲਿਖ ਸਕਦੇ ਹੋਗੇ ਅਪੀਲੀ अधिकार नेक्स्ट इथे लिख लियो न्यायिक पुनर्निरीखण न्यायिक पुनर निरीखण ठीक नेक्स्ट लिखे हो अभिलेख अदालत ਅਵੀ ਲੇਖ ਅਦਾਲਤ ਤੇ ਲਾਸਟ ਦੇ ਵਿੱਚ ਤੁਸੀਂ ਲਿਖੋਗੇ ਇੱਥੇ ਸੰਵਿਧਾਨ ਦੀ ਰੱਖਿਆਕ ਸੰਵਿਧਾਨ ਦੀ ਰੱਖਿਆਕ ਠੀਕ ਤਾਂ ਇਹ ਆਪਣਾ ਪਾਠ ਨੰਬਰ 11 ਅਸੀਂ ਨਾਗਰ ਸ਼ਾਸਤਰ ਨਾਲ ਰਿਲੇਟਡ ਹੈ ਠੀਕ ਹੈ ਤੁਸੀਂ ਸਾਫ਼-ਸਾਫ਼ ਵਰਕਬੁੱਕ ਦੇ ਉੱਪਰ ਆਪਣੀ ਤੇ ਨੋਟ ਕਰ ਲਿਓ ਠੀਕ ਹੈ ਤੇ ਇਹਨੂੰ ਯਾਦ ਵੀ ਕਰ ਲਿਓ ਨੈਕਸਟ ਆਪਾਂ ਜਿਹੜਾ ਪਾਰਟ ਨੰਬਰ 12 ਦਾ ਰਾਜ ਸਰਕਾਰ ਉਹ ਵੀ ਤੁਹਾਡੇ ਲਈ ਜਲਦੀ ਹੱਲ ਕਰਾਂਗੇ ਓਕੇ ਜੀ ਥੈਂਕ ਯੂ 30 ਹੋ ਗਿਆ ਨਾ 30 ਹੋ ਗਿਆ ਰੋਟੀ ਪਾ ਕੇ ਲਿਆ ਖਾਣ 55 ਦੇ ਡਾਗਰਾਂ Thank you.